ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਕੁਕਿੰਗ ਚੈਨਲ 'ਤੇ। ਅੱਜ ਅਸੀਂ ਬਣਾਵਾਂਗੇ ਆਟਾ, ਗੁੜ ਅਤੇ ਸੂਜੀ ਦੀਆਂ ਖਸਤਾ ਮੱਠੀਆਂ, ਜਿਹੜੀਆਂ ਕਿ ਬਹੁਤ ਹੀ ਸਵਾਦ ਹੁੰਦੀਆਂ ਨੇ, ਬਹੁਤ ਹੀ ਹੈਲਦੀ ਵੀ ਹੁੰਦੀਆਂ ਨੇ, ਤੁਸੀਂ ਕਿਸੇ ਵੀ ਮੌਸਮ 'ਚ ਬਣਾ ਸਕਦੇ ਹੋ। ਅਤੇ ਚਲੋ ਫਿਰ ਬਣਾਉਣਾ ਸ਼ੁਰੂ ਕਰਦੇ ਹਾਂ। ਆਟੇ ਅਤੇ ਗੁੜ ਦੀ ਮੱਠੀ ਬਣਾਉਣ ਦੇ ਲਈ ਮੈਂ ਇੱਕ ਕੌਲੀ ਆਟੇ ਦੀ ਲਈ ਆ, ਕਣਕ ਦਾ ਆਟਾ, ਇੱਕ ਕੌਲੀ ਸੂਜੀ ਦੀ ਲਈ ਹੈ, ਬਰੀਕ ਸੂਜੀ ਹੈ, ਇੱਕ ਚਮਚ ਮਿੱਠੀ ਸੌਂਫ ਦਾ ਪਾਵਾਂਗੀ ਅਤੇ ਇੱਕ ਚਮਚ ਹੀ ਸਫੇਦ ਤਿਲ ਪਾਵਾਂਗੀ, ਅੱਧਾ ਛੋਟਾ ਚਮਚ ਨਮਕ ਦਾ। ਇਹਨੂੰ ਆਪਾਂ ਮਿਕਸ ਕਰ ਲਾਂਗੇ। ਇਹਦੇ ਵਿੱਚ ਮੈਂ ਮੋਇਨ ਦੇ ਲਈ 4 ਚਮਚ ਦੇਸੀ ਘਿਓ ਦੇ ਪਾਵਾਂਗੀ। ਘਿਓ ਦੀ ਜਗ੍ਹਾ ਤੇ ਤੁਸੀਂ ਰਿਫਾਈਂਡ ਵੀ ਲੈ ਸਕਦੇ ਹੋ। ਇਸ ਤਰ੍ਹਾਂ ਦਾ ਹੋਣਾ ਚਾਹੀਦਾ ਇਹ ਮੋਇਨ ਜਿਹੜਾ ਹੈ ਸਾਡਾ, ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਅਤੇ ਘੱਟ ਵੀ ਨਹੀਂ ਹੋਣਾ ਚਾਹੀਦਾ। ਜੇ ਜ਼ਿਆਦਾ ਹੋਏਗਾ ਤਾਂ ਮਟਰੀ ਜਿਹੜੀ ਹੈ ਸਾਡੀ ਮਟਰੀ ਜਾਂ ਮੱਠੀਆਂ ਉਹ ਫਟ ਜਾਣਗੀਆਂ, ਜੇ ਘੱਟ ਹੋਏਗਾ ਤਾਂ ਫਿਰ ਉਹ ਖਸਤਾ ਨਹੀਂ ਬਣੇਗੀ। ਇਸ ਤਰ੍ਹਾਂ ਹੋਣਾ ਚਾਹੀਦਾ, ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਮੁੱਠੀ ਕਰਦੇ ਹੋ ਤਾਂ ਇਸ ਤਰ੍ਹਾਂ ਮੁੱਠੀ ਬਣਨੀ ਚਾਹੀਦੀ ਹੈ। ਮੈਂ ਇੱਕ ਕੌਲੀ ਗੁੜ ਦੀ ਲਈ ਹੈ ਕੁੱਟ ਕੇ, ਜਿਹੜੀ ਕੌਲੀ ਨਾਲ ਅਸੀਂ ਆਟਾ ਅਤੇ ਸੂਜੀ ਲੈਣੀ ਹੈ ਉਹੀ ਇੱਕ ਕੌਲੀ ਅਸੀਂ ਗੁੜ ਦੀ ਲੈਣੀ ਆ। ਤੁਸੀਂ ਇਹਦੀ ਜਗ੍ਹਾ ਸ਼ੱਕਰ ਵੀ ਲੈ ਸਕਦੇ ਹੋ। ਗੁੜ ਨੂੰ ਮੈਂ ਇੱਕ ਪਤੀਲੇ 'ਚ ਪਾ ਦਾਂਗੀ ਅਤੇ ਇਹਦੇ 'ਚ ਅੱਧੀ ਕੌਲੀ ਪਾਣੀ ਦੀ ਪਾ ਕੇ ਮੈਂ ਇਹਨੂੰ ਗਰਮ ਕਰ ਲਾਂਗੀ। ਇਹਦੀ ਆਪਾਂ ਚਾਸ਼ਨੀ ਨਹੀਂ ਬਣਾਉਣੀ, ਆਪਾਂ ਸਿਰਫ ਇਹਨੂੰ ਗੁੜ ਨੂੰ ਮੈਲਟ ਕਰਨਾ ਹੈ। ਜੇਕਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਇਹਨੂੰ ਭਿਉਂ ਕੇ ਰੱਖ ਦਿਓ ਗਰਮ ਪਾਣੀ ਦੇ ਵਿੱਚ, ਤਾਂ ਵੀ ਗੁੜ ਮੈਲਟ ਹੋ ਜਾਏਗਾ। ਪਰ ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਗਰਮ ਕਰ ਲਵਾਂਗੇ ਤਾਂ ਕਿ ਜਿਹੜਾ ਸਾਡਾ ਗੁੜ ਹੈ ਉਹ ਮੈਲਟ ਹੋ ਜਾਏ। ਗੁੜ ਹੈ ਜਿਹੜਾ ਸਾਡਾ ਮੈਲਟ ਹੋ ਗਿਆ, ਹੁਣ ਆਪਾਂ ਇਹਨੂੰ ਛਾਣ ਲਵਾਂਗੇ। ਹੁਣ ਆਪਾਂ ਗੁੜ ਵਾਲਾ ਪਾਣੀ ਇਹਦੇ 'ਚ ਥੋੜ੍ਹਾ ਥੋੜ੍ਹਾ ਪਾ ਕੇ, ਥੋੜ੍ਹਾ ਥੋੜ੍ਹਾ ਪਾਣੀ ਪਾਉਣਾ ਆਪਾਂ ਇਹ, ਅਤੇ ਇਹਦਾ ਇੱਕ ਸਖ਼ਤ ਆਟਾ ਗੁੰਨਣਾ। ਪਾਣੀ ਹੈ ਜਿਹੜਾ ਸਾਡਾ ਹਲਕਾ ਜਿਹਾ, ਇਹ ਗਰਮ ਹੋਣਾ ਚਾਹੀਦਾ ਗੁੜ ਵਾਲਾ। ਸਾਰਾ ਪਾਣੀ ਇੱਕੋ ਵਾਰ ਨਹੀਂ ਪਾਉਣਾ ਆਪਾਂ, ਥੋੜ੍ਹਾ ਥੋੜ੍ਹਾ ਕਰਕੇ ਪਾਉਣਾ। ਆਟੇ ਨੂੰ ਅਸੀਂ ਹੁਣ ਢੱਕ ਕੇ ਅੱਧੇ ਘੰਟੇ ਦੇ ਲਈ ਰੱਖ ਦਾਂਗੇ ਇਸੇ ਤਰ੍ਹਾਂ, ਅਤੇ ਆਹ ਥੋੜ੍ਹਾ ਜਿਹਾ ਪਾਣੀ ਬਚਿਆ ਹੈ, ਜੇ ਮੈਨੂੰ ਬਾਅਦ 'ਚ ਲੱਗਿਆ ਤਾਂ ਮੈਂ ਐਡ ਕਰਾਂਗੀ, ਨਹੀਂ ਤਾਂ ਮੈਂ ਪਾਣੀ ਹੋਰ ਨਹੀਂ ਐਡ ਕਰਾਂਗੀ। ਜੇ ਮੈਨੂੰ ਬਾਅਦ 'ਚ ਜ਼ਿਆਦਾ ਸਖ਼ਤ ਲੱਗਿਆ ਕਿਉਂਕਿ ਆਪਾਂ ਸੂਜੀ ਪਾਈ ਇਹਦੇ 'ਚ, ਸੂਜੀ ਫੁੱਲਦੀ ਆ, ਤਾਂ ਫਿਰ ਮੈਂ ਦੇਖ ਕੇ ਐਡ ਕਰਾਂਗੀ। ਤੁਸੀਂ ਇੱਕਦਮ ਨਹੀਂ ਸਾਰਾ ਪਾਣੀ ਪਾਉਣਾ ਵਿੱਚ। ਅੱਧੇ ਘੰਟੇ ਤੋਂ ਬਾਅਦ ਜਿਹੜਾ ਸਾਡਾ ਇਹ ਡੋ ਆ, ਆਟਾ ਹੈ, ਇਹ ਥੋੜ੍ਹਾ ਜਿਹਾ ਮੈਨੂੰ ਸਖ਼ਤ ਲੱਗ ਰਿਹਾ ਹੈ, ਅਤੇ ਇਹਦੇ 'ਚ ਮੈਂ ਜਿਹੜਾ ਥੋੜ੍ਹਾ ਜਿਹਾ ਗੁੜ ਦਾ ਪਾਣੀ ਬਚਦਾ ਸੀਗਾ ਉਹ ਮੈਂ ਥੋੜ੍ਹਾ ਜਿਹਾ ਐਡ ਕਰ ਦਾਂਗੀ ਹੋਰ, ਅਤੇ ਇਹਨੂੰ ਆਪਾਂ ਇੱਕ ਵਾਰ ਫਿਰ ਚੰਗੀ ਤਰ੍ਹਾਂ ਮਸਲ ਕੇ ਇੱਕਦਮ ਇਹਨੂੰ ਚਿਕਨਾ ਜਿਹਾ ਕਰ ਲਵਾਂਗੇ ਆਪਾਂ। ਆਟਾ ਬਿਲਕੁਲ ਚਿਕਨਾ ਬਣ ਕੇ ਤਿਆਰ ਹੈ। ਹੁਣ ਆਪਾਂ ਇਹਦੇ ਛੋਟੇ ਛੋਟੇ ਜਿਹੇ ਪੇੜੇ ਲੈ ਕੇ ਅਤੇ ਇਹਦੀਆਂ ਇਸ ਤਰ੍ਹਾਂ ਇਹਨੂੰ ਦੋਨਾਂ ਹੱਥਾਂ ਦੇ ਵਿੱਚ ਦਬਾ ਕੇ ਅਤੇ ਇਸ ਤਰ੍ਹਾਂ ਇਹਦੇ ਛੋਟੀਆਂ ਛੋਟੀਆਂ ਆਪਾਂ ਟਿੱਕੀਆਂ ਜਿਹੀਆਂ ਬਣਾ ਲੈਣੀਆਂ ਹੈ। ਇਹ ਤੁਸੀਂ ਸਾਈਜ਼ ਬਹੁਤ ਜ਼ਿਆਦਾ ਵੱਡਾ ਵੀ ਨਹੀਂ ਕਰਨਾ ਅਤੇ ਮੀਡੀਅਮ ਜਿਹਾ ਸਾਈਜ਼ ਰੱਖਣਾ ਹੈ ਤੁਸੀਂ, ਜ਼ਿਆਦਾ ਪਤਲਾ ਨਹੀਂ ਕਰਨਾ ਇਹਨਾਂ ਨੂੰ। ਮੈਂ ਥੋੜ੍ਹੀਆਂ ਜਿਹੀਆਂ ਬਣਾ ਕੇ ਤਿਆਰ ਕਰ ਲਈਆਂ ਇਹਨਾਂ ਨੂੰ, ਹੁਣ ਮੈਂ ਫਰਾਈ ਕਰਾਂਗੀ। ਫਰਾਈ ਕਰਨ ਦੇ ਲਈ ਜਿਹੜਾ ਤੁਹਾਡਾ ਆਇਲ ਹੈ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ, ਮੀਡੀਅਮ ਜਿਹਾ ਗਰਮ ਹੋਣਾ ਚਾਹੀਦਾ ਆ ਬਸ। ਅਤੇ ਹੁਣ ਆਪਾਂ ਜਿੰਨੀਆਂ ਕਿ ਇਹਦੇ 'ਚ ਆਉਣਗੀਆਂ ਪੈਨ ਦੇ ਵਿੱਚ, ਮੈਂ ਉਨੀਆਂ ਕਿ ਇਹ
ਮੱਠੀਆਂ ਵਿੱਚ ਪਾ ਦਾਂਗੀ ਅਤੇ ਇਹਨਾਂ ਨੂੰ ਤੁਸੀਂ ਪਾਉਣ ਤੋਂ ਬਾਅਦ ਇੱਕਦਮ ਛੇੜਨਾ ਨਹੀਂ ਹੈ। ਜਦੋਂ ਇਹ ਹਲਕੀਆਂ ਜਿਹੀਆਂ ਸਿੱਕ ਜਾਣਗੀਆਂ ਫਿਰ ਤੁਸੀਂ ਇਹਨਾਂ ਦੀ ਸਾਈਡ ਚੇਂਜ ਕਰਨੀ ਹੈ, ਨਹੀਂ ਤਾਂ ਇਹ ਫਟ ਜਾਣਗੀਆਂ। ਆਹ ਦੇਖੋ ਇੱਕ ਜਿਹੜੀ ਥੋੜ੍ਹੀ ਪਤਲੀ ਬਣੀ ਸੀ ਉਹ 'ਤੇ ਥੋੜ੍ਹੇ ਜਿਹੇ ਕਰੈਕ ਆ ਗਏ ਆ ਉੱਪਰ, ਅਤੇ ਜਿਹੜੀਆਂ ਛੋਟੀਆਂ ਹੈ ਅਤੇ ਮੋਟੀਆਂ ਹੈ ਉਹ ਬਿਲਕੁਲ ਸਹੀ ਬਣੀਆਂ ਹੈ। ਇਸ ਲਈ ਤੁਸੀਂ ਜਿਹੜਾ ਸਾਈਜ਼ ਹੈ ਇਹਨਾਂ ਦਾ ਉਹ ਛੋਟਾ ਅਤੇ ਥੋੜ੍ਹਾ ਮੋਟਾ ਹੀ ਰੱਖਣਾ ਹੈ। ਜਦੋਂ ਪਹਿਲਾਂ ਬਣਦੀਆਂ ਨੇ ਉਸ ਟਾਈਮ ਇਹ ਥੋੜ੍ਹੀਆਂ ਜਿਹੀਆਂ ਸੌਫਟ ਹੁੰਦੀਆਂ ਹੈ ਅਤੇ ਠੰਡੀਆਂ ਹੋਣ ਤੋਂ ਬਾਅਦ ਇਹ ਬਿਲਕੁਲ ਖਸਤਾ ਹੋ ਜਾਂਦੀਆਂ ਹੈ। ਆ ਲਓ ਜੀ, ਸਾਡੀਆਂ ਸਾਰੀਆਂ ਆਟੇ, ਗੁੜ ਅਤੇ ਸੂਜੀ ਦੀਆਂ ਮੱਠੀਆਂ ਬਣ ਕੇ ਬਿਲਕੁਲ ਤਿਆਰ ਹੈ। ਬਹੁਤ ਹੀ ਵਧੀਆ ਮੱਠੀਆਂ ਬਣ ਕੇ ਤਿਆਰ ਹੋਈਆਂ ਹੈ। ਤੁਸੀਂ ਇਹਨਾਂ ਨੂੰ 10 ਤੋਂ 15 ਦਿਨ ਦੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ, ਅਤੇ ਜੇਕਰ ਤੁਸੀਂ ਟਰੈਵਲ 'ਤੇ ਜਾ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਨੂੰ ਬਣਾ ਕੇ ਕੋਲ ਲੈ ਕੇ ਜਾ ਸਕਦੇ ਹੋ। ਬਹੁਤ ਹੀ ਸੌਖਾ ਹੈ ਬਣਾਉਣਾ ਘਰ ਦੇ ਵਿੱਚ। ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇਗੀ, ਪਸੰਦ ਆਏਗੀ। ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇਕਰ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ।